ਫੀਸ ਦੇ ਰਿਗਾਰਡਿੰਗ ਕੁਝ ਮਾਮਲੇ ਨੇ ਸਾਡੀ ਅਨਅਵੇਅਰਨੈਸ ਕਰਕੇ ਅਸੀਂ ਕਈ ਵਾਰ ਆਪਣਾ ਫਾਈਨੈਂਸ਼ੀਅਲ ਨੁਕਸਾਨ ਕਰ ਲੈਨੇ ਹਾਂ ਕਾਲਜ ਵਾਲੇ ਵੱਧ ਫੀਸ ਜਾਂ ਇਲੀਗਲ ਫੀਸ ਜਾਂ ਤੁਹਾਨੂੰ ਸਟ੍ਰੈਸ ਵਿੱਚ ਪਾ ਕੇ ਹੈ ਨਾ ਕਿਸੇ ਤਰ੍ਹਾਂ ਕੁਝ ਕਰ ਲੈਂਦੇ ਹਨ ਸੋ ਅਸੀਂ ਵੀ ਠੀਕ ਰਹਿਣਾ ਹੈ ਉਹਨਾਂ ਨੂੰ ਵੀ ਠੀਕ ਰਹਿਣ ਦੇਣਾ ਹੈ ਉਹ ਸੋ ਫੀਸ ਐਂਡ ਫੰਡ ਹੈ ਫੀਸ ਐਂਡ ਫੰਡਸ ਸਟਰਕਚਰ ਆਫ ਪ੍ਰਾਈਵੇਟ ਸੈਲਫ ਫਾਈਨੈਂਸ ਕਾਲਜ ਆਫ ਐਜੂਕੇਸ਼ਨ ਵਿਲ ਬੀ ਅਕੋਰਡਿੰਗ ਟੂ ਇੰਸਟਰਕਸ਼ਨਸ ਔਰ ਇਸ਼ੂਡ ਬਾਏ ਗਵਰਨਮੈਂਟ ਆਫ ਪੰਜਾਬ ਉਹ ਕਿੱਥੇ ਨੇ ਮੈਨੂੰ ਵੀ ਮੈਂ ਵੀ ਲੱਭ ਕੇ ਦੱਸਾਂਗਾ ਚਲੋ ਦ ਕਾਲਜ ਸ਼ੈਲ ਚਾਰਜ ਓਨਲੀ 50% ਆਫ ਦੀ ਫੀਸ ਫਸਟ ਸਮੈਸਟਰ ਐਟ ਦ ਟਾਈਮ ਆਫ ਐਡਮਿਸ਼ਨ ਇਹ ਗੱਲ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਕੋਈ ਕਾਲਜ ਤੁਹਾਡੇ ਕੋਲ ਫੁੱਲ ਫੀਸ ਫੋਰ ਐਗਜ਼ਾਮਪਲ ਉਹਨਾਂ ਦੀ ਫੀਸ ਮੰਨ ਲਓ ਫਸਟ ਸਮੈਸਟਰ ਦੀ 20,000 ਹੈ ਹੈ ਨਾ ਕਿਉਂਕਿ ਪ੍ਰਾਈਵੇਟ ਕਾਲਜਾਂ ਵਿੱਚ ਨੋਰਮਲੀ ਜਿਹੜੇ ਹਨ ਉਹ 80,000 ਤੇ ਹੋ ਰਹੀ ਹੈ ਹੋ ਜਾਂਦੀ ਹੈ 90,000 ਤੇ ਹੋ ਜਾਂਦੀ ਹੈ ਜਾਂ ਯੂਨੀਵਰਸਿਟੀ ਫੀਸ ਇੰਨੀ ਪਾ ਕੇ ਯੂਨੀਵਰਸਿਟੀ ਫੀਸ 5,000 ਲੈ ਲੈਂਦੇ ਨੇ ਇਸ ਲਈ ਮੈਂ ਐਗਜ਼ਾਮਪਲ ਦੇ ਰਿਹਾ ਹਾਂ ਹੈ ਨਾ ਕਈਆਂ ਦੀ ਇਸ ਤੋਂ ਵੱਧ ਵੀ ਫੀਸ ਹੈ ਉਸ ਵਿੱਚ ਮੈਂ ਨਹੀਂ ਪੈਂਦਾ ਸੋ ਇਹ ਜੇ 20,000 ਫੀਸ ਹੈ ਐਗਜ਼ਾਮਪਲ ਲੈ ਕੇ ਚੱਲ ਰਿਹਾ ਹਾਂ ਤੇ ਪਹਿਲੇ ਸਮੈਸਟਰ ਵਿੱਚ ਉਹ ਕਹਿ ਨਹੀਂ ਸਕਦੇ ਕਿ 10,000 ਤੋਂ ਵਾਧੂ ਮਤਲਬ 15,000 ਜਾਂ 20,000 ਫੀਸ ਪਹਿਲੇ ਸਮੈਸਟਰ ਦੀ ਐਡਮਿਸ਼ਨ ਦੇ ਟਾਈਮ ਤੇ ਜਮ੍ਹਾਂ ਕਰਵਾਓ ਹਾਂ ਇਹ ਤਾਂ ਹੋ ਸਕਦਾ ਹੈ ਕਿ ਉਹ ਕਹਿ ਤੁਸੀਂ ਮਜਬੂਰ ਹੋ ਤੁਸੀਂ ਐਪਲੀਕੇਸ਼ਨ ਲਿਖਦੀ ਹੋ ਕਿ ਮੈਂ 5,000 ਰੁਪਈਆ ਸਰ ਮੈਂ ਜੋ ਪ੍ਰਿੰਸੀਪਲ ਸਰ ਮੈਡਮ ਨੂੰ ਕਹਿ ਕੇ ਐਪਲੀਕੇਸ਼ਨ ਲਿਖ ਕੇ ਕਿ ਮੈਂ ਘਰ ਤੰਗੀ ਹੈ ਇਕਨੋਮਿਕ ਤੰਗੀ ਹੈ ਸੋ ਮੈਂ ਇੰਨੀ ਫੀਸ ਜਮ੍ਹਾਂ ਕਰਾ ਸਕਦੀ ਹਾਂ ਕਿਸ਼ਤਾਂ ਵਿੱਚ ਕਰਾ ਸਕਦੀ ਹਾਂ ਇਹ ਵੀ ਤੁਹਾਡਾ ਰਾਈਟ ਹੈ ਸਟੂਡੈਂਟ ਦੇ ਫੇਵਰ ਵਿੱਚ ਹੈ ਅਜਿਹਾ ਵੀ ਕੀਤਾ ਜਾ ਸਕਦਾ ਹੈ ਸੋ ਤੁਸੀਂ 10,000 ਜਾਂ ਅੱਧੀ ਫੀਸ ਤੋਂ ਵੱਧ ਨਹੀਂ ਜਮ੍ਹਾਂ ਕਰਾਉਣੀ ਇਹ ਤੁਹਾਡਾ ਹੱਕ ਇੱਥੇ ਲਿਖਿਆ ਗਿਆ ਹੈ ਇਹ ਗੱਲ ਦੱਸਣਾ ਚਾਹੁੰਦਾ ਸੀ ਤੀਜਾ ਪੁਆਇੰਟ ਜੋ ਇੱਥੇ ਲਿਖਿਆ ਹੈ ਕਿ ਦ ਕੰਸਰਨਡ ਕਾਲਜ ਸ਼ੈਲ ਹੈਵ ਟੂ ਇਨਫੋਰਮ ਇਨ ਐਡਵਾਂਸ ਵੈਦਰ ਸਟੇ ਇਨ ਹੋਸਟਲ ਇਜ਼ ਕੰਪਲਸਰੀ ਔਰ ਨਾਟ ਇਫ ਯੈਸ ਵਟ ਆਰ ਦਾ ਹੋਸਟਲ ਚਾਰਜਿਸ ਇਨਕਲੂਸਿਵ ਰੈਂਟ ਮੈਸ ਚਾਰਜ ਐਟਸੈਟਰਾ ਇੱਥੇ ਤੁਹਾਨੂੰ ਕਿਹਾ ਗਿਆ ਹੈ ਕਿ ਤੁਹਾਡੇ ਕੋਲ ਰਾਈਟ ਹੈ ਕਿ ਤੁਸੀਂ ਇਨਫੋਰਮੇਸ਼ਨ ਰਿਗਾਰਡਿੰਗ ਜੋ ਤੁਹਾਡੀ ਖਰਚਾ ਆਉਣਾ ਹੈ ਉਹਦੇ ਰਿਗਾਰਡਿੰਗ ਪਹਿਲਾਂ ਲੈ ਸਕਦੇ ਹੋ ਜਦੋਂ ਤੁਸੀਂ ਐਡਮਿਸ਼ਨ ਲੈਣ ਲਈ ਕਾਲਜ ਵੈਰੀਫਿਕੇਸ਼ਨ ਲਈ ਜਾਂਦੇ ਹੋ ਅਲਾਟਮੈਂਟ ਹੋ ਜਾਂਦਾ ਹੈ ਕਾਲਜ ਯੂਨੀਵਰਸਿਟੀ ਵੱਲੋਂ ਤੁਸੀਂ ਕਾਲਜ ਪਹੁੰਚਦੇ ਹੋ ਕਾਲਜ ਜਾ ਕੇ ਵੈਰੀਫਿਕੇਸ਼ਨ ਹੁੰਦੀ ਹੈ ਵੈਰੀਫਿਕੇਸ਼ਨ 'ਚ ਤੁਹਾਡੇ ਡਾਕੂਮੈਂਟ ਠੀਕ ਨਿਕਲਦੇ ਆ ਐਡਮਿਸ਼ਨ ਪ੍ਰੋਸਪੈਕਟਸ ਵਗੈਰਾ ਹੈ ਨਾ ਖਰੀਦਣ ਤੋਂ ਪਹਿਲਾਂ ਉਹਨਾਂ ਨੂੰ ਕੰਡੀਸ਼ਨ ਪੁੱਛੀਆਂ ਜਾਣੀਆਂ ਹੈ ਤੁਹਾਡੇ ਵੱਲੋਂ ਕਿ ਕਿਹੜੇ ਚਾਰਜ ਹਨ ਕਿਹੜੇ ਹਿਡਨ ਚਾਰਜ ਹਨ ਫਾਈਨ ਕਿੱਦਾਂ ਪੈਂਦਾ ਹੈ ਉਹ ਸਾਰੀਆਂ ਗੱਲਾਂ ਖੁੱਲ੍ਹ ਕੇ ਕਰ ਲਓ ਖੁੱਲ੍ਹ ਕੇ ਕਰ ਲਓ ਮੈਂ ਕਹਿ ਰਿਹਾ ਖੁੱਲ੍ਹ ਕੇ ਕਰ ਲਓ ਕਿਉਂਕਿ ਬਹੁਤ ਸਾਰੀਆਂ ਦੁਕਾਨਾਂ ਹਨ ਸ਼ੋਪਸ ਹਨ ਐਜੂਕੇਸ਼ਨ ਜਦੋਂ ਤੋਂ ਪ੍ਰਾਈਵੇਟਾਈਜੇਸ਼ਨ ਹੋਈ ਹੈ ਦੁਕਾਨਾਂ ਬਾਜ਼ਾਰ ਤੁਹਾਨੂੰ ਵਧੇਰੇ ਮਿਲਣਗੇ ਐਜੂਕੇਸ਼ਨ ਇੱਕ ਸੇਵਾ ਹੈ ਨਾ ਜਿਹੜੀ ਇਸ ਵੱਡੀਆਂ ਵੱਡੀਆਂ ਗੱਲਾਂ ਸਾਡੀਆਂ ਕਿਤਾਬਾਂ ਵਿੱਚ ਸਾਡੇ ਸੰਤਾਂ ਨੇ ਪੜ੍ਹਾਈਆਂ ਸੋਸ਼ਲ ਰਿਫੋਰਮਰਸ ਨੇ ਪੜ੍ਹਾਈਆਂ ਸਵਾਮੀ ਵਿਵੇਕਾਨੰਦ ਨੇ ਪੜ੍ਹਾਈਆਂ ਅਰਬਿੰਦੋ ਹੈ ਨਾ ਇਹਨਾਂ ਨੇ ਪੜ੍ਹਾਈਆਂ ਸਾਨੂੰ ਉਹ ਵਾਲੀਆਂ ਗੱਲਾਂ ਬਹੁਤ ਜ਼ਿਆਦਾ ਘੱਟ ਮਿਲਣਗੀਆਂ ਸੋ ਕਿਉਂਕਿ ਸਾਰੇ ਆਪਣੀ ਮਜਬੂਰੀ ਦੀ ਚੱਕੀ ਵਿੱਚ ਪੈਸੇ ਦੀ ਚੱਕੀ ਵਿੱਚ ਪਿਸ ਰਹੇ ਹਾਂ ਅਸੀਂ ਸੋ ਇਹ ਚਾਰਜਿਸ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਅੱਛਾ ਇਸ ਤੋਂ ਇਲਾਵਾ ਹੋਰ ਵੀ ਮਾਮਲੇ ਨੇ ਕੁਝ ਇੱਕ ਵਿਦਿਆਰਥੀ ਇਹ ਕਹਿ ਰਹੇ ਨੇ ਕਿ ਉਹਨਾਂ ਤੋਂ ਰਜਿਸਟ੍ਰੇਸ਼ਨ ਫੀਸ ਲਈ ਗਈ ਸੀ ਲੇਕਿਨ ਉਸਦਾ ਹੁਣ ਦੂਸਰੀ ਜਗ੍ਹਾ ਜਾਣ ਦਾ ਮਨ ਹੈ ਜਾਂ ਬਾਈ ਚਾਂਸ ਮਾਰਕਸ ਅੱਛੇ ਆ ਗਏ ਨੇ ਅਤੇ ਉਹ ਅੱਛੇ ਕਾਲਜ ਸਸਤੇ ਕਾਲਜ ਜਾਂ ਗਵਰਨਮੈਂਟ ਕਾਲਜ ਜਾ ਰਹੇ ਨੇ ਤਾਂ ਉਹ ਪੈਸੇ ਵਾਪਸ ਨਹੀਂ ਕਰਦੇ ਇੱਦਾਂ ਨਹੀਂ ਹੈ ਕਦੇ ਵੀ ਪੈਸੇ ਕੋਈ ਵੀ ਤੁਹਾਡੇ ਪੈਸੇ ਨਹੀਂ ਰੱਖ ਸਕਦਾ UGC ਰੂਲ ਮੁਤਾਬਕ ਈਵਨ ਤੁਸੀਂ ਐਡਮਿਸ਼ਨ ਲੈ ਲਈ ਹੈ ਐਡਮਿਸ਼ਨ ਤੋਂ ਰੀਐਡਮਿਸ਼ਨ ਛੱਡਣੀ ਹੈ ਉਦੋਂ ਵੀ ਤੁਸੀਂ ਰਿਫੰਡ ਕਰਾ ਸਕਦੇ ਹੋ ਰੂਲ ਹੈ ਕਿ 1,000 ਰੁਪਈਆ ਲਗਭਗ ਕੱਟਿਆ ਜਾਂਦਾ ਹੈ ਮੇਰੇ ਕੋਲ ਰਿਟਰਨ ਇੱਥੇ ਨਹੀਂ ਹੈ ਯੂਨੀਵਰਸਿਟੀ ਮੁਤਾਬਕ ਤੁਹਾਡਾ ਕੋਈ ਵੀ ਪੈਸਾ ਰੱਖਿਆ ਨਹੀਂ ਜਾ ਸਕਦਾ ਸੋ ਡਰਨ ਦੀ ਜ਼ਰੂਰਤ ਨਹੀਂ ਹੈ ਮਤਲਬ ਉਹਨਾਂ ਨੂੰ ਅਵੇਅਰ ਹੋ ਕੇ ਲੀਗਲ ਅਵੇਅਰਨੈਸ UGC ਦੀ ਗੱਲ ਕਰਕੇ ਯੂਨੀਵਰਸਿਟੀ ਦੀ ਗੱਲ ਕਰਕੇ ਯੂਨੀਵਰਸਿਟੀ ਜਿਹੜੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੱਲ ਕਰਕੇ ਵੀ ਰਿਕੁਐਸਟ ਨਾਲ ਦੇ ਹੈ ਨਾ ਕਿਉਂਕਿ ਇਹ ਤੁਹਾਡਾ ਹੱਕ ਹੈ ਸੋ ਸਟ੍ਰੈਸ ਦੀ ਜ਼ਰੂਰਤ ਨਹੀਂ ਹੈ ਸੋ ਉਹਨਾਂ ਨੂੰ ਇਹ ਸਾਰਾ ਦੱਸ ਜਦੋਂ ਤੁਸੀਂ ਅਵੇਅਰ ਨਹੀਂ ਹੋ ਤੁਸੀਂ ਬਣ ਜਾਂਦੇ ਹੋ ਕਿ ਮੈਨੂੰ ਕੁਛ ਨਹੀਂ ਪਤਾ ਫਿਰ ਅਗਿਆਨੀ ਹੋ ਫਿਰ ਤੁਹਾਡਾ ਲੁੱਟੇ ਜਾਣਾ ਜਾਇਜ਼ ਹੈ ਅਵੇਅਰ ਹੋਵੋਗੇ ਗਿਆਨ ਨੂੰ ਕਿਉਂ ਕਿਹਾ ਗਿਆ ਸੀ ਇਸੇ ਲਈ ਪਹਿਲਾਂ ਤੁਹਾਨੂੰ ਜੇ ਪਤਾ ਹੈ ਤਾਂ ਤੁਸੀਂ ਆਪਣੇ ਪੈਸੇ ਵਾਪਸ 100% ਲੈ ਸਕਦੇ ਹੋ ਇਸ ਵਿੱਚ ਕੋਈ ਸ਼ੱਕ ਇਸ ਤੋਂ ਇਲਾਵਾ ਫੀਸ ਦਾ ਇੱਕ ਵੀਡੀਓ ਕੱਢਿਆ ਹੈ ਉਹਦੇ ਵਿੱਚ ਮੈਂ ਸਾਰਾ ਲਿੰਕ ਨੀਚੇ ਦਿੱਤਾ ਹੋਇਆ ਹੋਏਗਾ ਉਹਦੇ ਵਿੱਚ ਉਹ ਸਾਰੇ ਚਾਰਜਿਸ ਦੱਸੇ ਨੇ ਉਹਨਾਂ ਬਾਰੇ ਇੱਕ ਵਾਰ ਆਪਣੇ ਕਾਲਜ ਜਿੱਥੇ ਤੁਸੀਂ ਐਡਮਿਸ਼ਨ ਲੈਣੀ ਹੈ ਵਿਦ ਡਿਊ ਰਿਸਪੈਕਟ ਜ਼ਰੂਰ ਪੁੱਛ ਲਓ ਮੈਂ ਸੱਚ ਦੱਸਦਾ ਹਾਂ ਕਿ ਟੀਚਰਸ ਦਾ ਕੋਈ ਕਸੂਰ ਨਹੀਂ ਹੁੰਦਾ ਟੀਚਰ ਉੱਥੇ ਮਜਬੂਰ ਬੈਠੇ ਹੋਏ ਹੁੰਦੇ ਹਨ ਕਈ ਵਾਰੀ ਗੁਲਾਮ ਬੈਠੇ ਹੋਏ ਹੁੰਦੇ ਹਨ ਸੋ ਉਹਨਾਂ ਦੀ ਕਿਸੇ ਦੀ ਡਿਸਰਿਸਪੈਕਟ ਤਾਂ ਜ਼ਿੰਦਗੀ 'ਚ ਕਿਸੇ ਦੀ ਕਰਨੀ ਹੀ ਨਹੀਂ ਹੈ
ਜੇ ਅਜਿਹਾ ਹੋ ਜਾਵੇ ਤਾਂ ਮਜ਼ਾ ਆ ਜਾਏ ਡਿਸਰਿਸਪੈਕਟ ਨਹੀਂ ਕਰਨੀ ਰਿਸਪੈਕਟਫੁਲੀ ਹੀ ਸਭ ਕੁਛ ਲੈਣਾ ਹੈ ਪਰ ਅਵੇਅਰ ਹੋਣਾ ਪੈਣਾ ਹੈ ਥੈਂਕ ਯੂ